ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ? ਅਤੇ ਅੱਜ ਛੁੱਟੀ ਸੀਗੀ, ਸੰਡੇ ਸੀ, ਅਤੇ ਮੈਂ ਸੋਚਿਆ ਚਲੋ ਕਿਤੇ ਘੁੰਮ ਹੀ ਆਉਂਦੇ ਹਾਂ ਅਤੇ ਨਾਲ ਇੱਕ ਛੋਟਾ ਜਿਹਾ ਬਲੌਗ ਬਣਾ ਲੈਂਦੇ ਹਾਂ। ਅਤੇ ਬਹੁਤ ਸੋਹਣਾ ਮੌਸਮ ਅੱਜ ਅਤੇ ਚਾਰੇ ਪਾਸੇ ਹਰਿਆਲੀ, ਅਤੇ ਮੈਂ ਆਇਆ ਤਾਂ ਅੱਜ ਰੋਜ਼ ਗਾਰਡਨ। ਅਤੇ ਵੀਡੀਓ ਪੂਰੀ ਦੇਖਿਓ ਐਂਡ ਤੱਕ, ਅਤੇ ਵੀਡੀਓ ਅੱਛੀ ਲੱਗੇਗੀ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਤੁਹਾਡੇ ਪਿਆਰ ਨਾਲ ਅੱਜ ਬਹੁਤ ਅੱਛੇ ਸਬਸਕ੍ਰਾਈਬ ਹੋ ਗਏ ਹੈ, ਅਤੇ ਇੱਦਾਂ ਹੀ ਬਸ ਪਿਆਰ ਦਿੰਦੇ ਰਹੋ। ਬਾਕੀ ਹੈ ਸਾਰੇ ਜਿਹੜੇ ਜਿਹੜੇ ਵੀ ਫਲਾਵਰਸ ਹੈ, ਹੈ ਨਾ, ਉਹਨਾਂ ਦੇ ਨਾਮ ਲਿਖੇ ਹੋਏ ਆ, ਜਿੱਦਾਂ ਦੇਖੋ ਪੜ੍ਹ ਲਓ ਤੁਸੀਂ ਆਪੇ ਹੀ। ਅਤੇ ਸਾਰਿਆਂ ਦੇ ਨਾਮ ਪ੍ਰੋਪਰ, ਕਿਹੜੇ ਕਿਹੜੇ ਫਲਾਵਰਸ ਹੈ, ਕਿਹੜੀ ਕਿਹੜੀ ਵਰਾਇਟੀਜ਼ ਹੈ, ਹੈ ਨਾ, ਸਾਰਾ ਟੋਟਲੀ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਰੱਖਿਆ ਦਾ ਸਿਸਟਮ। ਦੇਖੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਫਲਾਵਰ ਹੀ ਫਲਾਵਰਸ ਹੈ। ਰੋਜ਼ ਦੇਖੋ ਵਾਈਟ ਵਾਈਟ ਕਲਰ ਕਿੰਨੇ ਸੋਹਣੇ। ਬਾਕੀ ਬਹੁਤ ਪਬਲਿਕ ਆਉਂਦੀ ਹੈ ਛੁੱਟੀ ਵਾਲੇ ਦਿਨ, ਕਿਉਂਕਿ ਛੁੱਟੀ ਹੁੰਦੀ ਹੈ ਉਦਨ, ਅਤੇ ਉਦਨ ਸਾਰੇ ਇੰਜੋਏ ਕਰਨ ਆਉਂਦੇ ਆ ਪਾਰਕ 'ਚ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਬਹੁਤ ਸੋਹਣਾ ਘੁੰਮਣ ਵਾਸਤੇ ਅਤੇ ਬੈਠ ਕੇ ਰੈਸਟ ਕਰਨ ਵਾਸਤੇ ਬਹੁਤ ਸੋਹਣੀ ਜਗ੍ਹਾ ਆ। ਅਰੇ ਕਹਿਣਾ ਕਿਆ ਚਾਹਤੇ ਹੋ? ਰੋਜ਼ ਗਾਰਡਨ। ਬਾਕੀ ਮਤਲਬ ਸ਼ਾਂਤੀ ਮਿਲਦੀ ਇੱਥੇ ਆ ਕੇ, ਬੜੀ ਸ਼ਾਂਤੀ। ਉਹ ਨਹੀਂ ਸ਼ਾਂਤੀ ਐਂਟੀ ਨਹੀਂ ਮਿਲਦੀ, ਸ਼ਾਂਤੀ ਮਤਲਬ ਸੁੱਖ ਮਿਲਦਾ। ਬਾਕੀ ਇਹ ਵੀ ਇੱਧਰ ਵੀ ਉਸ ਸਾਈਡ 'ਤੇ ਪੇੜ ਇੰਨੇ ਸੋਹਣੇ ਆ, ਮੈਂ ਤਾਂ ਵੇਖ ਕੇ ਹੈਰਾਨ ਹਾਂ ਕਿ ਇੱਦਾਂ ਦੇ ਬੂਟੇ ਜਿਹੜੇ ਆ, ਬੂਟੇ ਆ ਇੱਦਾਂ ਦੇ ਪੇੜ ਬੂਟੇ ਸਾਡੇ ਉੱਥੇ ਹੈ ਹੀ ਨਹੀਂ ਆ। ਮਤਲਬ ਜੇ ਹੋਣਗੇ ਵੀ ਤਾਂ ਉੱਥੇ ਪਤਾ ਨਹੀਂ ਕਿਉਂ ਨਹੀਂ ਉੱਗਦੇ, ਕੀ ਗੱਲ ਹੋ ਜਾਂਦੀ ਹੈ। ਵੇਖਦੇ ਹੀ ਉਹਨੂੰ ਇਹੋ ਜਿਹੀ ਨਜ਼ਰਾਂ ਨਾ ਹੋਣੇ ਆ, ਬੂਟਾ ਹੀ ਸੁੱਕ ਜਾਂਦਾ, ਜਾਂ ਉਹਦੇ ਥੱਲੇ ਆ ਕੇ ਤਾਸ਼ ਖੇਡ ਜਾਣਗੇ ਬਹਿ ਕੇ। ਉਹ ਕਹਿੰਦਾ ਹੋਣਾ ਵੀ ਭੈ ਮੇਰੀ ਕੋਈ ਇੱਜ਼ਤ ਨਹੀਂ, ਇੱਥੇ ਬਹਿ ਕੇ ਬਸ ਗੰਦੀਆਂ ਗੱਲਾਂ ਕਰਦੇ ਰਹਿੰਦੇ, ਬਹਿ ਕੇ ਤਾਸ਼ ਖੇਡਦੇ ਰਹਿੰਦੇ ਆ, ਅਤੇ ਜਾਂ ਉੱਥੇ ਮਤਲਬ ਖਾਰਾ ਜਾਂ ਸ਼ਰਾਬ ਡੋਲ ਦਿੰਦੇ ਹੋਣੇ ਬੂਟੇ ਦੀ ਜੜ 'ਚ, ਅਤੇ ਚੱਲ ਸੁੱਕ ਗਿਆ ਉਹ ਹੀ। ਬਾਕੀ ਵੇਖੋ ਐ ਨਾ ਜਿੱਥੋਂ ਤੱਕ ਨਜ਼ਰ ਜਾਂਦੀ ਆ ਹਰਿਆਲੀ ਚਾਰੇ ਪਾਸੇ। ਬਾਕੀ ਭੁੱਖ ਬੜੀ ਲੱਗੀ ਦੀ ਸੀ, ਅਤੇ ਇੱਕ ਬੰਦਾ ਲੱਭ ਗਿਆ ਆ ਸਾਨੂੰ, ਜਿਹੜੀ ਦੱਸਣਾ ਮੈਂ ਤੁਹਾਨੂੰ, ਲੱਭ ਗਿਆ ਇੱਕ ਬੰਦਾ ਸਾਨੂੰ, ਜਿਹੜੀ ਚੀਜ਼ ਚਾਹੀਦੀ ਆ, ਟਾਈਮ ਪਾਸ ਵੀ ਹੋ ਜੇ ਅਤੇ ਨਾਲ ਮੂੰਹ ਵੀ ਥੱਕ ਜੇ, ਬਾਅਦ 'ਚ ਕੋਈ ਖਾਣ ਜੋਗਾ ਨਾ ਰਹੇ ਮੂੰਹ। ਐ ਆ ਕੱਚੀ ਗਿੜੀ, ਹਾਂ ਬਾਈ ਕੱਚੀ ਆ, ਫਿਰ ਨਹੀਂ ਖਾਣੀ ਯਾਰ, ਪੱਕੀ ਨਹੀਂ ਹੈਗੀ, ਪੱਕੀ ਦੇ ਹੈ ਤਾਂ ਕੋਈ ਇਹਨਾਂ 'ਚੋਂ ਲੱਭ ਕੇ। ਨਿੱਕੀ ਜੀ ਗਿਰੀ, ਉਹ ਕੱਚੀ ਤੇ ਉਹ ਵੀ 20 ਰੁਪਏ ਦੀ, ਠੀਕ ਹੈ। ਬਾਈ ਨੇ ਗਿਰੀ ਦਿੱਤੀ ਆ ਕੱਚੀ, ਅਤੇ ਨਾਲੇ 20 ਰੁਪਏ ਦੀ। ਚਲੋ ਹੁਣ ਇੱਥੇ ਹੋਰ ਹੈ ਵੀ ਨਹੀਂ ਆ, ਕੀ ਕਰਨਾ ਹੁਣ, ਖਾਣੀ ਤਾਂ ਪੈਣੀ ਹੀ ਕੁਛ, ਜਿਹਦੇ ਨਾਲ ਖਾ ਕੇ ਮੂੰਹ ਥੱਕ ਜੇ ਥੋੜ੍ਹਾ ਜਿਹਾ। ਇਹ ਵਾ ਜੀ ਰੈੱਡ ਰੋਜ਼, ਜਿਹੜਾ ਆਮ ਤੁਸੀਂ ਸਾਰਿਆਂ ਨੇ ਦੇਖਿਆ, ਪਰ ਇੱਥੇ ਜਿਹੜਾ ਲੱਗਾ ਤਾ ਬਹੁਤ ਸੋਹਣਾ ਲੱਗਣ ਡਿਆ। ਅਤੇ ਮਤਲਬ ਠੀਕ ਹੈ ਸਾਰਾ, ਬਹੁਤ ਸੋਹਣਾ ਸਿਸਟਮ ਹੈ ਇੱਥੋਂ ਦਾ, ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇੱਥੋਂ ਦੀ ਜਿਹੜੇ ਆਪਣੀ ਇੱਥੋਂ ਦੀ ਸਰਕਾਰ, ਗੌਰਮੈਂਟ, ਜੋ ਵੀ ਆਪਣੇ ਕਮੇਟੀ ਕਹਿ ਲਓ, ਉਹਨਾਂ ਨੇ ਬੜਾ ਸੋਹਣਾ ਸਿਸਟਮ ਬਣਾ ਕੇ ਰੱਖਿਆ ਦਾ ਲੋਕਾਂ ਦੇ ਘੁੰਮਣ ਫਿਰਨ ਲਈ, ਪੂਰਾ ਇੰਤਜ਼ਾਮ ਹੈ, ਸਫਾਈ ਹੈ, ਬਹਿ ਕੇ। ਔਰ ਵੱਡੀ ਗੱਲ ਆ ਵੀ ਇੱਥੇ ਲੋਕ ਗੰਦ ਵੀ ਨਹੀਂ ਪਾਉਂਦੇ, ਜਿਹੜੇ ਲੋਕ ਆਉਂਦੇ ਆ ਨਾ ਉਹ ਵੀ ਸਮਝਦਾਰ ਹੈ। ਔਰ ਜਿਹੜੇ ਆ ਬਾਹਰ ਲਿਖਿਆ ਹੁੰਦਾ ਨਾ ਡਸਟਬੀਨ ਰੱਖੇ ਹੁੰਦੇ ਆ ਵੀ ਯੂਜ਼ ਮੀ, ਉਹ ਇਕੱਲਾ ਇੱਥੇ ਐਨ ਕਿ ਉਹ ਲਿਖਿਆ ਹੀ ਹੁੰਦਾ, ਬਸ ਉਹਨੂੰ ਵਾਕਈ ਯੂਜ਼ ਵੀ ਕਰਦੇ ਲੋਕ। ਅਤੇ ਇਹੋ ਹੀ ਗੱਲ ਆ, ਫਰਕ ਆ ਯਾਰ ਆਪਣੇ ਸਾਡੇ ਪਿੰਡਾਂ 'ਚ ਲੋਕ ਜਿਹੜੇ ਉਹ ਨਹੀਂ ਸਮਝਦੇ, ਬਾਹਰ ਜਾਂਦੇ ਆ ਗੰਦ ਪਾ ਆਉਂਦੇ ਆ, ਇੱਥੇ ਚੀਜ਼ਾਂ ਨੂੰ ਸਮਝਦੇ ਲੋਕ, ਹੈ ਨਾ। ਅਤੇ ਬਸ ਛੋਟਾ ਜਿਹਾ ਬਲੌਗ ਸੀਗਾ, ਬਲੌਗ ਬਲਾਗ ਤਾਂ ਮੈਨੂੰ ਚਲੋ ਜ਼ਿਆਦਾ ਬਣਾਉਣਾ ਨਹੀਂ ਆਉਂਦਾ, ਪਰ ਇਹੋ ਹੀ ਮੈਂ ਜੇ ਬਸ ਦੱਸਣਾ ਵਿੱਚ ਵੀ ਫਲਾਵਰਸ ਦੀ ਕੁਆਲਿਟੀ, ਲੋਕ ਕਿੱਦਾਂ ਸਮਝਦੇ ਆ ਚੀਜ਼ਾਂ ਨੂੰ, ਅਤੇ ਬਹੁਤ ਵਧੀਆ ਮੇਨਟੇਨ ਕਰਕੇ ਰੱਖਿਆ ਦਾ ਸਿਸਟਮ ਇੱਥੇ ਦਾ, ਹੈ ਨਾ। ਅਤੇ ਤੁਸੀਂ ਆਓ ਅਤੇ ਫਿਰ ਦੇਖ ਕੇ ਪਤਾ ਚੱਲਦਾ ਕੀ ਇੱਥੋਂ ਦਾ ਮਾਹੌਲ, ਕਿੱਦਾਂ ਲੋਕ ਸਮਝਦਾਰੀ ਨਾਲ ਸਾਰਾ ਸਿਸਟਮ ਸਾਫ਼ ਸੁਥਰਾ ਰੱਖਦੇ ਆ। ਅਤੇ ਇੱਕ ਇੱਥੇ ਇਹ ਵੀ ਹੈਗਾ ਜੀ ਤਲਾਬ, ਤਲਾਬ ਫੁਹਾਰੇ ਵਗੈਰਾ ਇੱਥੇ ਲੱਗੇ ਆ, ਪਾਣੀ ਵੈਸੇ ਹੁਣ ਵਿੱਚੋਂ ਕੱਢਿਆ ਤਾਂ ਸਾਫ਼ ਕਰਨ ਵਾਸਤੇ ਲੱਗਦਾ। ਅਤੇ ਇੱਥੇ ਫੁਹਾਰੇ ਵੀ ਚੱਲਦੇ ਆ, ਸ਼ਾਵਰ ਚੱਲਦੇ ਆ,
मतलब आ जरा जानवर ना भाए कि देश चा किसी भी शहर का देश का एना ने बस रेस्ट ही करनी होंगी आ खा पी के कोई टेंशन नहीं है ये कितों का भी होए भाए कुत्ता भाए पंजाब दे भाए बाहर दे पर पंजाब दे ज़्यादा रेस्ट करते हैं होर शहर तो जो उतों के नज़ारे है जो उतों की सफाई है अपने चे शहर चे इतों के शहर च की फर्क आता मैं दस लगा कि यह जो रोज़ गार्डन च रोज़ देखते दे पे हो सफाई देखते दे पे हो अपने वाले च पार्क च तीन बारी गोहे च पैर भरोया होना ही ते बाकी अपने पार्कों के विच जड़ियां अपने शहर दियां पार्कां उन्हां च बंदे घट ते गाइयां ज़्यादा होनियां ही पार्क च गाइयां इन्नियां होनियां ही कुत्ते इन्ने होने ही पी उत्थे पहली गल गोया ही गोया टट्टी टट्टी यार पासे ते की मतलब जाना किसने सफाई कोई नहीं भंग जिहड़ी उगी हुंदी आ वक्खरी पार्कों च ये बड़ी अच्छी बात कही आप यार चीज़ा शहर नू ना शहर दियाँ टोर बना दियाँ चीज़ा जिदा शहर च एक नाम है रोज़ गार्डन वाकई शहर च एक साइड ते पता भी रोज़ गार्डन है ते अपने शहर च जे फिश पार्क ही गुरदासपुर च उस च पानी खत्म हो गया मछी मारी गई फिश कुछ नहीं रह गया था पार्क इदा ही पईयां भंग उगी दी मच्छर ना तो यह है कि यह चीज़ा मेनटेन करनिया मेनटेन रखनिया चाहिए अपने अपने साढ़े जड़िया कमेटियां आ उन्हों का काम है शहर के जोड़े कमेटियां उन्होंने काम है भी यह चीज़ों मेनटेन रखना है ना वो तो मतलब करन जो कि है नहीं समझ रहे हो समझ रहे हो तो इतने यह चीज़ा सारिया चीज़ा समझते हैं कि किदा चलता है ना तो बस ठीक है बाकी बहुत मज़ा बहुत आनंद आ रहा इतों देख के भी इतों इतों के शहर तरक्की क्यों करते हैं चीज़ा बहुत वधिया इतने वड्डी गल जिहड़ी एक मेन है कि इत्थों दे लोग आजादी तां आ वेखो कुड़ियां मुंडे इकट्ठे घूमते है मेन गल जिहड़ी है कि कुड़ियां मुंडिया नूं घूमन की कोई आजादी नहीं अपने शहर च जे कोई कुड़ी मुंडा बैठा लभ गया कल्ला ते उहनूं पुलिस वाले ने आंदे ही पहलां पुछना है जे पुलिस वाले नहीं आए तो दूजियां लोगों ने आके कहना अह कित्थों आए पुत्र मतलब तुहानूं की कित्थों आए घरों आए कित्थों आए हो मतलब यह नहीं कि उन्होंने आजादी कोई नहीं आ कोई मतलब उत्थे फिर नहीं सकता बाहर बैठ नहीं सकता आ जाएंगे मक्खियां आ जाएंगियां आके पुछन कितों आए जे कि मुंडे हो एड्रैस दो चलो जी डरा धमका के उन्होंने को पैसे पुए लेने तो चलो जी ए चीज़ा नहीं होनिया चाहिए यार हर किसी आजादी है तुम फिर दो घूमन दो जिंदगी जीन दो की लोड़ है अपने बारी मज़ा आता कर लगे सारे जो कोई किसी करता वेखता ना उदों बड़ा गुस्सा चढ़ता कंट्रोल कंट्रोल ता करके अज इत्थे गल मुकाइए ते इहो ही आ भी सारे नूं आजादी है सारे नूं अपने मतलब जीन दा हक है अपनी जिंदगी जिद्दां मर्जी कोई जीए घूमे फिरे जो मर्जी करन ना करिया करो नहीं चंगा लगता इदां आना ही लोकां ने जे कितें फुल लगे भी होंदे ते फोटो खिचाणी इदां फिर इत्थों ही फोटो खिचोगी तां आऊं वेखना नाल ही आऊं मुंडी आऊं चल गया ऐसा ही करते करते सारे खत्म हो गए थे उन्हें रह गई थी होनी कलियां डुंडलियां ही फुल कोई भी नहीं खत्म ते भाई जी यह सी अज दा ब्लॉग पता नहीं ब्लॉग है जां ब्लॉग दे नाम ते की बन गया मैनू समझ नहीं आई पर जो भी है तुसीं देख लिओ हुण देख ही लिया लास्ट ते रह गया हुण ते मैं बस इहो देखिया इत्थे आ के कि लोग ना अपने फैमिली नाल आए है अपने अज की जी छुट्टी उन्होंने एक्सपेंड की है बड़ा मज़ा लोग घरों ही खाना लैके आ जाते हैं ना बह के एक जगह पर सारे बच्चों नाल फैमिली माँ प्यो नाल तो यार अपनी लाइफ इन्नी क ज़्यादा पता नहीं क्यों आप बिजी कर ली दी है समझ नहीं आती कि चीज़ आप इदा दी कर ली दी है किड़े कामों पै गए हैं कि साढ़े को टाइम ही नहीं है ना अपने अपने लिए नहीं है माँ प्यो लिए तो की बड़ी दूर की गल है तो मैं यो चाहना कि अपनी फैमिली नाल टाइम कट के छुट्टी वाले दिन कितने भाएं महीने च एक बारी सही अपने माँ प्यो नूं कितने घूमन लैके जाया करो नाल उन्हां नूं भी लगे कि साढ़े बच्चे सानूं प्यार करते है ते साडी केयर करते है घुमान लैके जाया करो
अपने माँ प्यो नाल तुसीं भी एक दिन छुट्टी करके सारे मतलब कितने ना कितने यहोजी पार्क वेखो जां कितने कोई यहोजा व्यू देखो जिथे बह के सारे बैठ के प्यार नाल एक सारा दिन कढ़िया जाए है ना। तो चलो बाकी मैं कहना जे वीडियो चंगी लगेगी लाइक तो चैनल नू मेरे नू सबसक्राइब जरूर कर दिओ कि जे मतलब मैं कोशिश करांगा होर वधिया वीडियो लैके आंदा रहा ब्लॉग जिहड़ा अज दा बनाया तो मैनू बहुत वधिया लग्या इत्थे आ के ते कि मैं यह चीज़ नोट की है कि अपने माँ प्यो लिए लोग टाइम कढ़ते इत्थे उन्हां नाल घूमन आते हैं तो वधिया लगा देख के। तो मेरा भी दिल कर रहा है भी मैं भी हुण जाना ना जिद्दन तो मैं अपनी माँ नू प्यो नू अपने मतलब भरा पूरी फैमिली नू नाल लै के तो कितने जरूर घूमन जावांगा तो उन्हां नू वधिया लगेगा तो आपां नू तो वधिया लगता ही है। तो चलो अपने फैमिली लिए टाइम जरूर कढ़िया करो यार अपने माँ प्यो लिए। तो चलो ठीक है जी वीडियो चंगी लगेगी तो लाइक तो सबसक्राइब जरूर करो चैनल। मिलते हैं नवे ब्लॉग 'च।